प्यारे बच्चों आज अपन करण जा रहे हैं नएस अभ्यास 36 जमात तीसरी विषय पंजाबी आओ देखदेया सब नु पहला आज दी पंजाबी दी अभ्यास शीट आज दी पंजाबी दी अभ्यास शीट दे सानू एक सूची दीती गई है जिस दे एक पासे सानू जीव अते जंतुओं दे नाम दित्ते गए हैं अते दूसरे पासे ओना नाल सम्बन्धित चीज्या बारे दसया गया है सब नु पहला आओ देखदेया मधुमक्खियां ਸ਼ਹਿਦ ਕੁੱਤਾ ਰਖਵਾਲੀ ਚਿੜੀਆਂ ਆਲਣਾ ਕੀੜੀਆਂ ਪੋਜਨ ਆਪ ਦੇਖਦੇ ਆਂ ਪ੍ਰਸ਼ਨ ਨੰਬਰ 1 ਉਪਰੋਕਤ ਸੂਚੀ ਵਿੱਚ ਮਧੂਮੱਖੀਆਂ ਦਾ ਸੰਬੰਧ ਕਿਸ ਨਾਲ ਹੈ ਬੱਚਿਓ ਮਧੂਮੱਖੀਆਂ ਦਾ ਸੰਬੰਧ ਕਿਸ ਨਾਲ ਆਪ ਦੇਖਦੇ ਆਪਸ਼ਨ ਹਨ ਆਲਣਾ ਸ਼ਹਿਦ ਪੋਜਨ ਜਾਂ ਰਖਵਾਲੀ ਬੱਚਿਓ ਮਧੂਮੱਖੀਆਂ ਦਾ ਸੰਬੰਧ ਸਾਡਾ ਸਾਡਾ ਹੈ ਉਹ ਸ਼ਹਿਦ ਨਾਲ ਹੈ ਸੋ ਸਾਡਾ ਰਾਈਟ ਆਨਸਰ ਕੀ ਹੋਏਗਾ ਐੜਾ ਐਡਾ ਨੂੰ ਅਸੀਂ ਕੀ ਕਰ ਦੇਣਾ ਹੈ ਸਰਕਲ ਪ੍ਰਸ਼ਨ ਨੰਬਰ 2 ਉਪਰੋਕਤ ਸੂਚੀ ਅਨੁਸਾਰ ਕੁੱਤਾ ਕੀ ਖਾਂਦਾ ਹੈ ਬੱਚਿਓ ਆਪਸ਼ਨ ਹਨ ਸ਼ਹਿਦ ਭੋਜਨ ਉਪਰੋਕਤ ਦੋਵੇਂ ਦੋਆਂ ਵਿੱਚੋਂ ਕੋਈ ਨਹੀਂ ਬੱਚਿਓ ਕੁੱਤਾ ਕੀ ਖਾਏਗਾ ਕੁੱਤਾ ਕੀ ਖਾਂਦਾ ਹੈ ਜੀ ਉਹ ਖਾਂਦਾ ਹੈ ਭੋਜਨ ਸੋ ਸਾਡਾ ਰਾਈਟ ਆਨਸਰ ਕੀ ਹੋਏਗਾ ਐਡਾ ਐਡਾ ਨੂੰ ਅਸੀਂ ਕੀ ਕਰ ਦੇਣਾ ਸਰਕਲ ਪ੍ਰਸ਼ਨ 3 ਚਿੜੀਆਂ ਤਿੰਨਕੇ ਦੀ ਸਹਾਇਤਾ ਨਾਲ ਕੀ ਬਣਾਉਂਦੀਆਂ ਹਨ ਬੱਚਿਓ ਆਪਾਂ ਆਪਾਂ ਦੇਖਣਾ ਆ ਚਿੜੀਆਂ ਤਿੰਨਕੇ ਦੀ ਸਹਾਇਤਾ ਨਾਲ ਕੀ ਬਣਾਉਂਦੀਆਂ ਹਨ ਆਪ ਦੇਖਦੇ ਹਨ ਖਾਣਾ ਘਰ ਆਲਾਂ ਜਾਂ ਕੁਝ ਵੀ ਨਹੀਂ ਬੱਚਿਓ ਇਸ ਦਾ ਸਹੀ ਕੀ ਆਨਸਰ ਹੋਏਗਾ ਆਲਾਂ ਸੋ ਅਸੀਂ ਏਡੀ ਨੂੰ ਕੀ ਕਰਨਾ ਸਰਕਲ ਕਰ ਦੇਣਾ ਹੈ ਪ੍ਰਸ਼ਨ ਨੰਬਰ 4 ਜੇਕਰ ਚਿੜੀਆਂ ਦਾ ਇੱਕ ਵਚਨ ਚਿੜੀ ਹੈ ਤਾਂ ਕੀੜੀਆਂ ਦਾ ਇੱਕ ਵਚਨ ਕੀ ਹੋਵੇਗਾ ਬਿਲਕੁਲ ਸਹੀ ਬੱਚਿਓ ਆਪ ਦੇਖਦੇ ਆ ਪਹਿਲਾ ਆਪਸ਼ਨ ਪਹਿਲੀ ਆਪਸ਼ਨ ਆ ਕੀੜਾ ਕੀੜੇ ਕੀੜੀ ਜਾਂ ਕੀੜੀਆਂ ਬੱਚਿਓ ਅਸੀਂ ਕੀ ਦਾ ਬਹੁਵਚਨ ਸਾਨੂੰ ਦਿੱਤਾ ਸੀ ਇਹ ਵਾਲਾ ਬਹੁਵਚਨ ਦਿੱਤਾ ਹੀ ਦਿੱਤਾ ਹੋਇਆ ਸਾਨੂੰ ਕੀੜੀਆਂ ਇਹਦਾ ਅਸੀਂ ਕੀ ਬਣਾਉਣਾ ਆ ਇੱਕ ਵਚਨ ਫਿਰ ਉਹ ਕੀ ਹੋਵੇਗਾ ਕੀੜੀ ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ ਈੜੀ ਈੜੀ ਨੂੰ ਅਸੀਂ ਕੀ ਕਰ ਦੇਣਾ ਸਰਕਲ ਪ੍ਰਸ਼ਨ ਨੰਬਰ 5 ਸ਼ੁੱਧ ਸ਼ਬਦ ਦੀ ਚੋਣ ਕਰੋ ਬੱਚਿਓ ਸਾਨੂੰ ਇਹਦੇ ਵਿੱਚੋਂ ਸ਼ੁੱਧ ਜਿਹੜਾ ਸ਼ਬਦ ਆ ਉਹ ਚੁਣਨਾ ਆ ਅਸੀਂ ਦੇਖਾਂਗੇ ਵੀ ਆਲਨਾ ਜਿਹੜਾ ਆ ਆਲਨਾ ਕਿਸ ਤਰ੍ਹਾਂ ਲਿਖਿਆ ਜਾਂਦਾ ਸਹੀ ਵਿੱਚ ਇਹ ਵੀ ਬੱਚਿਓ ਗਲਤ ਆ ਇਹ ਸਪੈਲਿੰਗ ਜਿਹੜੇ ਦਿੱਤੇ ਹੋਏ ਆ ਜਾਂ ਸ਼ਬਦ ਜੋੜੇ ਗਲਤ ਦਿੱਤਾ ਆ ਲਿਖਿਆ ਆਲਨਾ ਆਲਨਾ ਪਰ ਜੋ ਸਹੀ ਹੈ ਸਾਡਾ ਉਹ ਇਹ ਆਲਨਾ ਹੈ ਸੋ ਸਾਡਾ ਰਾਈਟ ਆਨਸਰ ਕੀ ਹੋਏਗਾ ਬੱਚਿਓ ਸ ਸਸਾ ਨੂੰ ਅਸੀਂ ਕੀ ਕਰ ਦੇਣਾ ਸੈਲ ਆਓ ਇਸੇ ਨਾਲ ਹੀ ਦੇਖਦੇ ਹਾਂ ਗਣਿਤ ਵਿਸ਼ੇ ਦੀ ਅਭਿਆਸ ਸ਼ੀਟ ਸਵਾਲ ਨੰਬਰ 1 ਹਰਜੋਤ ਹਰ ਰੋਜ਼ ਆਪਣੀ ਗੋਲਕ ਵਿੱਚ 5 ਰੁਪਏ ਦੇ ਤਿੰਨ ਸਿੱਕੇ ਪਾਉਂਦਾ ਹੈ ਤਿੰਨ ਦਿਨਾਂ ਬਾਅਦ ਉਸ ਕੋਲ ਕਿੰਨੇ ਰੁਪਏ ਜਮ੍ਹਾਂ ਹੋ ਜਾਣਗੇ ਬੱਚਿਓ ਹਰਜੋਤ ਕਿੰਨੇ ਸਿੱਕੇ ਪਾਉਂਦਾ ਡੇਲੀ ਤਿੰਨ 5 ਰੁਪਏ ਦੇ ਤਿੰਨ ਸਿੱਕੇ ਯਾਨੀ ਕਿ ਉਹ ਆਪਣੀ ਗੋਲਕ 'ਚ ਰੋਜ਼ ਕਿੰਨੇ ਰੁਪਏ ਪਾਉਂਦਾ ਹੈ 15 ਰੁਪਏ ਕਿੰਨੇ ਦਿਨ ਉਹਨੇ ਪਾਏ پیسے 3 ਦਿਨਾਂ ਦਾ ਅਸੀਂ ਦੇਖਣਾ ਬੱਚਿਓ ਇੱਕ ਵਾਰੀ 15 ਫਿਰ ਦੋ ਵਾਰੀ 15 ਫਿਰ ਤੀਜੇ ਦਿਨ 15 ਫਿਰ ਸਾਡੇ ਕੋਲ ਕਿੰਨੇ ਬਣ ਗਏ 45 ਰੁਪਏ ਫਿਰ ਸਾਡਾ ਰਾਈਟ ਆਨਸਰ ਕਿਹੜਾ ਹੋਏਗਾ ਬੱਚਿਓ ਰਾਈਟ ਆਨਸਰ ਹੋਏਗਾ ਸਾਡਾ ਊੜਾ ਊੜਾ ਨੂੰ ਅਸੀਂ ਕੀ ਕਰਨਾ ਬਿਲਕੁਲ ਸਹੀ ਸਰਕਲ ਸਵਾਲ ਨੰਬਰ 2 ਇੱਕ ਆਈਸਕ੍ਰੀਮ ਦਾ ਮੁੱਲ 10 ਰੁਪਏ ਹੈ ਇਸੇ ਤਰ੍ਹਾਂ ਦੀਆਂ 5 ਆਈਸਕ੍ਰੀਮਾਂ ਦਾ ਮੁੱਲ ਪਤਾ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਕਿਰਿਆ ਲਾਗੂ ਹੋਵੇਗੀ ਬੱਚਿਓ ਇੱਕ ਆਈਸਕ੍ਰੀਮ ਦਾ ਮੁੱਲ ਦਿੱਤਾ ਹੋਇਆ ਸਾਨੂੰ 5 ਆਈਸਕ੍ਰੀਮ ਦਾ ਅਸੀਂ ਮੁੱਲ ਪਤਾ ਕਰਨਾ ਜਦੋਂ ਅਸੀਂ ਇਹੋ ਜਿਹਾ ਸਵਾਲ ਕਰਦੇ ਹਾਂ ਤਾਂ ਉਦੋਂ ਅਸੀਂ ਕੀ ਕਰਦੇ ਹੁੰਦੇ ਦਿੱਤੀਆਂ ਹੋਈਆਂ ਸੰਖਿਆਵਾਂ ਨੂੰ ਗੁਣਾ ਸੋ ਆਓ ਦੇਖਦੇ ਹਾਂ ਰਾਈਟ ਸੰਖਿਆ ਕਿਰਿਆ 10 5 ਇਹ ਗਲਤ ਆ ਬੱਚਿਓ 10 5 ਇਹ ਵੀ ਗਲਤ ਆ ਹੁਣ ਅਸੀਂ ਕੀ ਕਰਨਾ ਸੀ ਗੁਣਾ 10 5 ਇਹ ਸਾਡੀ ਜਿਹੜੇ ਰਾਈਟ ਆਨਸਰ ਆ ਜਾਂ ਸਾਡੀ ਰਾਈਟ ਸੰਖਿਆ ਕਿਰਿਆ ਹੈ ਸੋ ਅਸੀਂ ਆਪਸ਼ਨ E ਨੂੰ ਸਰਕਲ ਕਰ ਦੇਣਾ ਹੈ ਪ੍ਰਸ਼ਨ ਨੰਬਰ 3 ਇਹ ठा ਦਿੱਤੀ ਕਿਹੜੀ ਤਸਵੀਰ 12 ਅੰਬਾਂ ਨੂੰ 3 ਬੱਚਿਆਂ ਵਿੱਚ ਬਰਾਬਰ ਬਰਾਬਰ ਵੰਡ ਨੂੰ ਦਿਖਾ ਰਹੀ ਹੈ ਬੱਚਿਓ ਇਹਦੇ ਵਿੱਚ ਕੀ ਸਾਨੂੰ ਦਿੱਤਾ ਹੈ ਸਾਨੂੰ ਅੰਬ ਦਿੱਤੇ ਗਏ ਆ ਦੇਖੀ ਕਿੰਨੇ ਸਾਡੇ ਕੋਲ ਪਹਿਲਾਂ 1 2 3 4 5 6 7 8 9 10 11 12 ਬੱਚਿਓ ਸਾਨੂੰ 12 ਅੰਬ ਦਿੱਤੇ ਗਏ ਆ ਤੇ ਇਹ ਸਾਡੇ ਕੋਲ ਤਿੰਨ ਬੱਚੇ ਆ ਇਹਨਾਂ ਤਿੰਨਾਂ ਬੱਚਿਆਂ ਨੂੰ ਅਸੀਂ ਬਰਾਬਰ ਬਰਾਬਰ ਅੰਬ ਵੰਡਨੇ ਆ ਤੁਸੀਂ ਸੋਚ ਸਕਦੇ ਹੋ ਵੀ ਇਹਨਾਂ ਨੂੰ ਕਿੰਨੇ ਕਿੰਨੇ ਅੰਬ ਆਉਣਗੇ ਤੁਸੀਂ ਵੀ ਸੋਚੋ ਤੇ ਆਪਾਂ ਉਹ ਜਿਹੜੀਆਂ ਦਿੱਤੀਆਂ ਗਈਆਂ ਆਪਸ਼ਨ ਉਹਨਾਂ ਨੂੰ ਵੀ ਦੇਖਦੇ ਆ ਪਹਿਲੀ ਆਪਸ਼ਨ ਚ ਕੀ ਆ ਸਾਨੂੰ ਤਿੰਨ ਬੱਚੇ ਦਿੱਤੇ ਗਏ ਆ ਤੇ ਇਹਨਾਂ ਨੂੰ ਇੱਕ-ਇੱਕ ਅੰਬ ਦਿੱਤਾ ਇਹ ਬੱਚੇ ਗਲਤ ਆ ਕਿਉਂਕਿ ਇਹਦੇ ਵਿੱਚ ਕੀ ਹੋਇਆ ਸਾਡੇ ਕੋਲ ਤਿੰਨ ਹੀ ਅੰਬ ਵੰਡ ਹੋਏ ਆ ਪਰ ਅੰਬ ਅਸੀਂ ਕਿੰਨੇ ਵੰਡਨੇ ਆ 12 ਸੋ ਪਹਿਲੀ ਆਪਸ਼ਨ ਸਾਡੀ ਗਲਤ ਹੈ ਦੂਸਰੀ ਆਪਸ਼ਨ ਚ ਸਾਡੇ ਕੋਲ ਤਿੰਨ ਬੱਚੇ ਤੇ ਅੰਬ ਦਿੱਤੇ ਇਹਨਾਂ ਨੂੰ 2-2 1 2 1 2 1 2 ਪਰ ਫਿਰ ਇਹ ਤਾਂ ਸਾਡੇ ਕਿੰਨੇ ਬਣੇ ਟੋਟਲ 6 ਅੰਬ ਬਣੇ ਵੰਡਨੇ ਤਾਂ ਸੀ ਕਿੰਨੇ ਸੀ 12 ਸੋ ਇਹ ਵੀ ਗਲਤ ਹੈ ਆਉ ਦੇਖ ਲਈਏ ਅਗਲੀ ਆਪਸ਼ਨ ਇਹਦੇ ਵਿੱਚ ਤਿੰਨ ਬੱਚੇ ਅੰਬ ਦਿੱਤੇ ਗਏ ਇਹਨਾਂ ਨੂੰ 1 2 3 4 ਇਸ ਨੂੰ ਵੀ 1 2 3 4 1 2 3 4 ਬੱਚੇ ਬਰਾਬਰ ਬਰਾਬਰ ਤੇ ਵੰਡੇਗੇ ਹੁਣ ਆਪਾਂ ਟੋਟਲ ਕਰਕੇ ਵੀ ਦੇਖੀਏ ਵੀ ਇਹ ਕੀ 12 ਬੰਦਿਆ ਆ ਆਉ ਦੇਖਦੇ ਆ 1 2 3 4 5 6 7 8 9 10 11 12 ਆ ਬੱਚੇ ਆਪਸ਼ਨ ਜਿਹੜੀ ਬਿਲਕੁਲ ਸਹੀ ਆ ਇੱਕ ਤਾਂ ਉਹਨਾਂ ਨੂੰ ਅੰਬ ਬਰਾਬਰ ਮਿਲ ਗਏ ਦੂਜੀ ਜਿੰਨੇ ਆਂਬ ਵੰਡਨੇ ਸੀ ਉਹ ਵੰਡੇ ਗਏ ਕਿਉਂਕਿ ਅਸੀਂ ਟੋਟਲ ਕਰਕੇ ਦੇਖ ਲਿਆ ਵੀ ਇਹ 12 ਆਂਬ ਹਨ ਸੋ ਇਹ ਜਿਹੜਾ ਆਨਸਰ ਸਾਡਾ ਸਹੀ ਆ ਤੇ ਫਿਰ ਅਸੀਂ ਆਪਸ਼ਨ ਈਡੀ ਨੂੰ ਕੀ ਕਰਨਾ ਸਰਕਲ ਆਉ ਦੇਖ ਦਿਓ ਸਵਾਲ ਨੰਬਰ 4 ਸਕੂਲ ਵਿੱਚ ਵਨ ਮਹਾਉਤਸਵ ਵਾਲੇ ਦਿਨ ਹਰੇਕ ਜਮਾਤ ਦੁਆਰਾ ਬੂਟੇ ਲਗਾਏ ਗਏ ਜਿਸ ਦੀ ਜਾਣਕਾਰੀ ਹੇਠ ਦਿਖਾਏ ਅਨੁਸਾਰ ਹੈ ਵਰਤਿਆ ਜਾਣ ਵਾਲਾ ਚਿੰਨ ਜਾਨੀ ਕਿ ਬੱਚਿਓ ਜਿਹੜਾ ਇੱਕ ਗਮਲਾ ਤੇ ਪੌਦਾ ਦਿਖਾਇਆ ਗਿਆ ਇਹਦਾ ਮਤਲਬ ਅਸੀਂ ਕਿੰਨਾ ਮੰਨਣਾ ਇਹਨੂੰ 5 ਬੂਟੇ ਆਓ ਦੇਖਦੇ ਹਾਂ ਸਾਰਨੀ ਇਸ ਵਿੱਚ ਸਾਨੂੰ ਕਲਾਸਾਂ ਦਿੱਤੀਆਂ ਗਈਆਂ ਆ ਔਰ ਇੱਧਰ ਸਾਨੂੰ ਜਿੰਨੇ ਬੂਟੇ ਲਗਾਏ ਆ ਉਹਦੇ ਬਾਰੇ ਦੱਸਿਆ ਗਿਆ ਆ ਆਓ ਦੇਖਦੇ ਹਾਂ ਪਹਿਲੀ ਕਲਾਸ ਨੇ ਕਿੰਨੇ ਬੂਟੇ ਲਗਾਏ ਅਸੀਂ ਉਹਨਾਂ ਨੇ ਇਹਨੂੰ ਇੱਕ ਨਹੀਂ ਬਣਨਾ ਇਹ ਕਿੰਨੇ ਆ 5 5 10 15 ਪਹਿਲੀ ਕਲਾਸ ਨੇ ਜਿਹੜੇ ਬੂਟੇ ਲਾਏ ਆ ਉਹ ਲਾਏ ਆ 15 ਫਿਰ ਇੱਧਰ ਦੂਸਰੀ ਕਲਾਸ 5 10 15 b 25 ਦੂਸਰੀ ਕਲਾਸ ਨੇ ਕਿੰਨੇ ਲਾਲੇ ਬੂਟੇ ਉਹਨਾਂ ਨੇ ਲਾਏ ਆ ਜੀ 25 ਹੁਣ ਇਸ ਲਈ 30 ਕਲਾਸ ਨੇ ਕਿੰਨੇ ਲਾਏ ਆ 5 10 15 b ਬੱਚਿਓ 3ੀ ਕਲਾਸ ਨੇ ਬੂਟੇ ਲਾਏ ਜਿਹੜੇ ਆ ਉਹ ਹੈਗੇ ਆ ਸਾਡੇ ਕੋਲ b ਫਿਰ ਇਹਦੇ ਚੌਥੀ ਨੇ 5 ਤੇ 10 मतलब पाँच तो पाँच टोटल किन्ने हो गए साढ़े को दस चौथी क्लास ने बड़े थोड़े लाए दे हैं चलो पंजी देखते हैं पाँच दस पंद्रह भी पच्ची ती पैती चाली पंजी क्लास ने लाए बूटे पाँ हाँ जी बिंदी बिल्कुल सही पाँ पंजी जमात द्वारा किन्ने बूटे लगाए गए ਬੱਚਿਓ ਆਪਾਂ ਹੁਣ ਦੇਖ ਹੀ ਲਿਆ ਪੰਜਵੀਂ ਵਾਲਿਆਂ ਨੇ ਕਿੰਨੇ ਲਾਏ ਆ 50 ਸੋ ਸਾਡਾ ਰਾਈਟ ਆਨਸਰ ਕਿਹੜਾ ਹੋਏਗਾ ਊੜਾ ਨਹੀਂ ਐੜਾ ਨਹੀਂ ਈੜੀ ਬਿਲਕੁਲ ਸਹੀ ਸੋ ਸਾਡਾ ਰਾਈਟ ਆਨਸਰ ਹੋਏਗਾ 50 ਪੰਜਵੀਂ ਜਮਾਤ ਨੇ 50 ਬੂਟੇ ਲਗਾਏ ਸਰਕਲ ਅਸੀਂ ਕਿਹਨੂੰ ਕਰ ਦੇਣਾ ਫਿਰ ਈੜੀ ਨੂੰ ਆਓ ਦੇਖਦੇ ਆਂ ਸਵਾਲ ਨੰਬਰ 5 ਹੇਠਾਂ ਦਿੱਤੀ ਸਾਰਣੀ ਵਿੱਚ ਵੱਖ-ਵੱਖ ਜਮਾਤਾਂ ਦੇ ਮੁੰਡਿਆਂ ਅਤੇ ਕੁੜੀਆਂ ਦੀ ਸੰਖਿਆ ਦਿੱਤੀ ਗਈ ਹੈ ਆਓ ਬੱਚਿਓ ਪਹਿਲਾਂ ਦੇਖਦੇ ਹਾਂ ਸਾਡੇ ਕੋਲ ਇਸ ਲਾਈਨ ਦੇ ਵਿੱਚ ਜਿਹੜੀਆਂ ਜਮਾਤਾਂ ਦਿੱਤੀਆਂ ਗਈਆਂ ਆ ਫਿਰ ਇਸ ਲਾਈਨ 'ਚ ਕਲਾਸ ਵਿੱਚ ਜਿੰਨੇ-ਜਿੰਨੇ ਮੁੰਡੇ ਆ ਉਹਨਾਂ ਦੀ ਗਿਣਤੀ ਦਿੱਤੀ ਗਈ ਹੈ ਤੀਸਰੀ ਲਾਈਨ ਵਿੱਚ ਸਾਡੇ ਕੋਲ ਫੇਰ ਕੁੜੀਆਂ ਦੀ ਗਿਣਤੀ ਦਿੱਤੀ ਗਈ ਹੈ ਆਓ ਹੁਣ ਦੇਖਦੇ ਹਾਂ ਕੀ ਕਰਨਾ ਆ ਸਾਰਣੀ ਨੂੰ ਦੇਖ ਕੇ ਦੱਸੋ ਕਿ ਕਿਸ ਜਮਾਤ ਵਿੱਚ ਮੁੰਡਿਆਂ ਅਤੇ ਕੁੜੀਆਂ ਦੀ ਗਿਣਤੀ ਬਰਾਬਰ ਹੈ ਬੱਚਿਓ ਉਹ ਕਲਾਸ ਆਪਾਂ ਦੇਖਣੀ ਜਿੱਥੇ ਮੁੰਡੇ ਅਤੇ ਕੁੜੀਆਂ ਦੋਨਾਂ ਦੀ ਗਿਣਤੀ ਬਰਾਬਰ ਹੈ ਆਓ ਦੇਖਦੇ ਹਾਂ ਸਾਰਣੀ ਜਮਾਤ ਪਹਿਲੀ 'ਚ 15 ਮੁੰਡੇ 12 ਕੁੜੀਆਂ ਦੂਸਰੀ ਵਿੱਚ 20 ਮੁੰਡੇ 27 ਕੁੜੀਆਂ ਤੀਸਰੀ ਵਿੱਚ 15 ਮੁੰਡੇ 13 ਕੁੜੀਆਂ ਚੌਥੀ ਵਿੱਚ 15 ਮੁੰਡੇ 15 ਕੁੜੀਆਂ ਪੰਜਵੀਂ ਵਿੱਚ 20 ਮੁੰਡੇ उन्नी कौड़ियाँ फिर सा राइट आंसर कड़ा हो गया बराबर कितने सा वाले तो ये क्लास कि चौथी सो साडा राइट आंसर ऊड़ा नहीं ऐड़ा नहीं ईड़ी नहीं साड़ा रइट आंसर है जमात चौथी ऑप्शन है साढ़े को ससा सस्ा नी कर देना सर्कल इसी बच्चे गणित विषय की भी आशीत आओ अ देखते हैं वातावरण सिक्स प्रश्न एक ਪਾਫ ਬਿਧੀ ਦੁਆਰਾ ਕਿਹੜਾ ਖਾਣਾ ਬਣਾਇਆ ਜਾ ਸਕਦਾ ਹੈ ਬੱਚਿਓ ਇਹਦੇ ਵਿੱਚ ਆਪਾਂ ਦੇਖਣਾ ਵੀ ਪਾਫ ਨਾਲ ਕਿਹੜਾ ਖਾਣਾ ਬਣ ਸਕਦਾ ਹੈ অপਸ਼ਨ ਹਨ ਪੂਰੀਆਂ ਨਹੀਂ ਪੂਰੀਆਂ ਕਿੱਦਾਂ ਬਣਾਉਂਦੇ ਹਾਂ ਬਿਲਕੁਲ ਸੀ ਤਲ ਕੇ ਸਮੋਸੇ ਤਲ ਕੇ ਚਾਵਲ ਪਾਫ ਨਾਲ ਬੱਚਿਓ ਜਿਹੜੇ ਚਾਵਲ ਆ ਇਹ ਪਾਫ ਦੇ ਨਾਲ ਬਣ ਸਕਦੇ ਆ ਸੋ ਸਾਡਾ ਰਾਈਟ ਆਨਸਰ ਕੀ ਹੋਏਗਾ ਈਡੀ ਈਡੀ ਨੂੰ ਅਸੀਂ ਕੀ ਕਰਨਾ ਸਰਕਲ ਪ੍ਰਸ਼ਨ 2 ਹੇਟ ਦਿੱਤੇ ਚਿੰਨ ਤੋਂ ਸਾਨੂੰ ਕੀ ਜਾਣਕਾਰੀ ਮਿਲਦੀ ਹੈ ਬੱਚਿਓ ਜਿਹੜਾ ਸਾਨੂੰ ਚਿੰਨ ਦਿੱਤਾ ਗਿਆ ਆ ਇਤੋਂ ਕੀ ਜਾਣਕਾਰੀ ਮਿਲਦੀ ਹੈ ਇਹਦੀ ਜਾਣਕਾਰੀ ਵੀ ਇਹੀ ਮਿਲ ਰਹੀ ਵੀ ਇੱਥੇ ਸਾਈਕਲ ਚਲੋ ਦੇਖਦੇ ਆ 옵ਸ਼ਨ ਆ ਪਹਿਲੀ ਸਾਈਕਲ ਚਲਾਉਣਾ ਮਨਾ ਹੈ ਇੱਥੇ ਸਾਈਕਲ ਖੜਾ ਕਰਨਾ ਮਨਾ ਹੈ ਸਾਈਕਲ ਵਧੀਆ ਸਵਾਰੀ ਨਹੀਂ ਹੈ ਸਾਈਕਲ ਪ੍ਰਦੂਸ਼ਣ ਨਹੀਂ ਕਰਦਾ ਬੱਚਿਓ ਰਾਈਟ ਆਨਸਰ ਆ ਸਾਡਾ ਇੱਥੇ ਸਾਈਕਲ ਖੜਾ ਕਰਨਾ ਮਨਾ ਹੈ ਸੋ ਸਾਡਾ ਰਾਈਟ ਆਨਸਰ ਹੋ ਗਿਆ অপশন এড়া এড়ানো কি করতা সার্কেল প্রশ্ন নম্বর 3 জিতেন্দ্র বহুত মোটা হ কারণ কি ও হার রোজ দুধ পিনদা হ ফাস্ট ফুড খানদা হ সন্তুলিত ভোজন খানদা হ সিরফ পানি পিনদা হ বাচ্চিও মটাপে দা জেড়া এনা বিচো মুখ্য কারণ আ ফাস্ট ফুড সো জিতেন্দ্র কি হ ও হার রোজ ফাস্ট ফুড খানদা হ অপশন এড়া নু assi কি কর দেনা সার্কেল ਪ੍ਰਸ਼ਨ ਨੰਬਰ 4 ਕਿਹੜੇ ਕੰਮ ਲਈ ਪਾਣੀ ਦੀ ਵਰਤੋਂ ਨਹੀਂ ਹੁੰਦੀ ਆਓ ਦੇਖਦੇ ਹਾਂ ਸਬਜ਼ੀਆਂ ਕਾਉਣ ਲਈ ਕੱਪੜੇ ਸਕਾਉਣ ਲਈ ਬਰਤਨ ਸਾਫ਼ ਕਰਨ ਲਈ ਨਹਾਉਣ ਲਈ ਬਿਲਕੁਲ ਸਹੀ ਬੱਚਿਓ ਜਿਹੜਾ ਤੁਸੀਂ ਕਿਹਾ ਉਹੀ ਸਹੀ ਆ ਕੱਪੜੇ ਸਕਾਉਣ ਲਈ ਸਾਨੂੰ ਪਾਣੀ ਦੀ ਵਰਤੋਂ ਦੀ ਲੋੜ ਨਹੀਂ ਪੈਂਦੀ ਸੋ ਆਪਸ਼ਨ ਐਡਾ ਨੂੰ ਅਸੀਂ ਸਰਕਲ ਕਰ ਦੇਣਾ ਪ੍ਰਸ਼ਨ ਨੰਬਰ 5 ਕੁਝ ਜੀਵ ਜੰਤੂ ਰੋਟੀ ਖਾ ਲੈਂਦੇ ਹਨ ਪਰ ਮਾਸ ਨਹੀਂ ਖਾਂਦੇ ਅਤੇ ਕੁਝ ਜੀਵ ਜੰਤੂ ਮਾਸ ਖਾਂਦੇ ਹਨ ਪਰ ਰੋਟੀ ਨਹੀਂ ਖਾਂਦੇ ਅਤੇ ਕੁਝ ਜੰਤੂ ਦੋਵੇਂ ਹੀ ਖਾ ਲੈਂਦੇ ਹਨ ਰੋਟੀ ਅਤੇ ਮਾਸ ਦੋਵੇਂ ਖਾਣ ਵਾਲੇ ਜੰਤੂਆਂ ਦੇ ਸਮੂਹ ਵਿੱਚ ਹੇਠ ਦਿੱਤੇ ਵਿੱਚੋਂ ਕਿਹੜਾ ਜਾਨਵਰ ਆ ਸਕਦਾ ਹੈ ਬੱਚਿਓ ਆਪਾਂ ਲੱਭਣਾ ਹੈ ਹੁਣ ਉਹ ਆਨਸਰ ਜਿਹੜਾ ਰੋਟੀ ਵੀ ਖਾ ਲੈਂਦਾ ਹੈ ਤੇ ਮਾਸ ਵੀ ਖਾ ਲੈਂਦਾ ਆਪ ਦੇਖਦੇ ਆਪਸ਼ਨ ਕੋੜਾ ਕਦੀ ਖਵਾਈ ਕੋਡੇ ਨੂੰ ਰੋਟੀ ਕਦੀ ਮਾਸ ਖਾਇਆ ਨਹੀਂ ਇਹ ਗਲਤ ਹੈ ਸ਼ੇਰ ਜਿਹੜਾ ਮਾਸ ਖਾ ਲੈਂਦਾ ਰੋਟੀ ਨਹੀਂ ਖਾਂਦਾ ਕੁੱਤਾ ਜਿਹੜਾ ਆ ਇਹ ਦੋਨੋਂ ਚੀਜ਼ਾਂ ਖਾ ਲੈਂਦਾ ਫੇਰ ਸਹੀ ਸਾਡਾ ਰਾਈਟ ਆਨਸਰ ਕੀ ਹੋ ਗਿਆ ਈਡੀ ਈਡੀ ਨੂੰ ਅਸੀਂ ਸਰਕਲ ਕਰ ਦਿੱਤਾ ਬੱਚੋ ਇਹ ਸੀ ਅੱਜ ਤੁਹਾਡੀ ਕਲਾਸ ਤੀਸਰੀ ਦੀਆਂ ਸਾਰੇ ਵਿਸ਼ੇ ਦੀਆਂ ਅਭਿਆਸ ਸ਼ੀਟਾਂ ਆਸ ਕਰਦਾ ਹਾਂ ਕਿ ਤੁਸੀਂ ਇਸ ਨੂੰ ਬਾਰ-ਬਾਰ ਰਿਵਾਈਜ਼ ਕਰੋਗੇ ਤੇ ਘਰ ਜਦੋਂ ਵੀ ਸਮਾਂ ਮਿਲੇਗਾ ਇਸ ਨੂੰ ਦੇਖੋਗੇ ਅਤੇ ਇਸ ਵਿੱਚੋਂ ਕੁਝ ਨਾ ਕੁਝ ਜ਼ਰੂਰ ਸਿੱਖੋਗੇ ਬੱਚਿਓ ਇਸ ਨੂੰ ਦੇਖਣ ਤੋਂ ਬਾਅਦ ਇਸ ਨੂੰ ਆਪਣੇ ਹੋਰ ਸਾਥੀਆਂ ਵਿੱਚ ਵੀ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਜੇ ਕੋਈ ਗੱਲ ਮੇਰੇ ਨਾਲ ਸਾਂਝੀ ਕਰਨੇ ਚਾਹੁੰਦੇ ਹੋ ਤਾਂ ਫਿਰ ਤੁਸੀਂ ਕਮੈਂਟ ਕਰਕੇ ਆਪਣੀ ਗੱਲ ਵੀ ਮੈਨੂੰ ਕਹਿ ਸਕਦੇ ਹੋ ਥੈਂਕ ਯੂ ਬੇਟਾ